ਅਸਲਾਮ ਅਲੈਕੁਮ, ਤੁਸੀਂ ਦੇ ਪਏ ਯੂਟਿਊਬ ਚੈਨਲ ਮਿਤਲਾ ਵਲੌਗ ਅਫੀਸ਼ੀਅਲ ਤੇ ਮੇਰਾ ਨਾਮ ਹੈ ਮਲਿਕ ਉਮਰ ਯਾਦ। ਉਮੀਦ ਕਰੇ ਨਾ ਸਭ ਤੋਂ ਪਹਿਲੇ ਸਾਰੇ ਦੋਸਤ ਖੈਰ ਖਰੀਅਤ ਨਾਲ ਸੋ ਠੀਕ ਹੋ ਸੋ। ਅੱਜ ਥੋੜਾ ਜਿਹਾ ਗੱਲੇ ਦਾ ਮਸਲਾ ਵੀ ਹੈ, ਤੇਰੀ ਸੁੱਤਾ ਪਿਆ ਰਹੀਆਂ, ਗਰਮੀ ਬੜੀ ਆਈ ਤੇ ਕੰਮ ਸ਼ਾਮੇ ਜਿਹੜਾ ਨਾ ਆਪਣੀ ਰੂਟੀਨ ਵਾਈਜ਼ ਅਸਾਂ ਜਾ ਰਹੀ ਹੈ, ਸਾਰਾ ਜੋ ਨਾ ਲੱਗਦਾ ਪਈ ਹੈ ਤੇ ਬੇਲੀ ਇੱਕ ਸਾਰਾ ਦੋਸਤ ਵੀ ਆ ਗਈ ਹੈ ਚੌਧਰੀ ਸਾਹਿਬ, ਉਹ ਵੀ ਤੁਹਾਨੂੰ ਮਿਲਣ ਆਓ। ਚੌਧਰੀ ਸਾਹਿਬ ਆਓ, ਬੜਾ ਦੂਰੋਂ ਸੱਦੀ ਖਣੇ, ਜਲਦੀ ਜਲਦੀ ਇਸ ਬੰਦੇ ਨੂੰ ਦੇਖਣਾ ਤੇ ਉਸ ਤੋਂ ਬਾਅਦ ਜਿਹੜਾ ਨਾ ਵੱਲ ਮੈਨੂੰ ਦੱਸਣਾ ਬਈ ਕਿਹੜਾ ਬੰਦਾ ਮੈਂ ਸਦਵਾਇਆ ਤੇ ਵੀਡੀਓ ਨੂੰ ਸਕਿਪ ਨਾ ਕੀਤਾ ਕਰੋ। ਸਭ ਤੋਂ ਪਹਿਲੀ ਇਹ ਗੱਲ ਹੈ, ਪਿਆਰ ਮੁਹੱਬਤ ਦਾ ਇਜ਼ਹਾਰ ਕੀਤਾ ਕਰੋ, ਲਾਈਕ ਕਮੈਂਟ ਸ਼ੇਅਰ ਕੀਤੀ ਕਰੋ ਵੀਡੀਓ ਨੂੰ ਤੇ ਮਿਲਦੇ ਹਾਂ ਅੱਜ ਚੌਧਰੀ ਸਾਹਿਬ ਨੂੰ। ਚੌਧਰੀ ਸਾਹਿਬ ਅਸਲਾਮ ਅਲੈਕੁਮ। ਚੌਧਰੀ ਸਾਹਿਬ ਮੁਲਤਾਨ ਨੂੰ ਹੈ ਇਬਨ ਸੀਨਾ ਹਸਪਤਾਲ ਤੋਂ ਸਪੈਸ਼ਲੀ, ਤੇ ਉਹ ਵੀ ਦੋਸਤਾਂ ਨੂੰ ਲਿਖਿਆ ਨਾ ਬਈ ਇਹਨੂੰ ਕਿਹੜੀ ਪਰਵਾਜ ਛੱਡ ਹੋਇਆ ਮੈਂ, ਤੇ ਅਚਾਨਕ ਹੀ ਇਹ ਸਾਹਮਣੇ ਆਇਆ ਤੇ ਮੈਂ ਵੀ ਵਲੌਗ ਸ਼ੁਰੂ ਕਰ ਦਿੱਤਾ। ਮੈਂ ਕਿਹਾ ਚੱਲ ਹੁਣ ਆ ਚੌਧਰੀ ਸਾਹਿਬ ਆਓ, ਪਹਿਲੇ ਇੱਥੋਂ ਦੀ ਤੁਹਾਨੂੰ ਥੋੜ੍ਹੀ ਜਿਹੀ ਇਹ ਦਿਖਾਊਂ ਵੀ ਗਰਮੀ ਕਿਤਨੀ ਹੈ। ਗਰਮੀ ਤੋਂ ਬਾਅਦ ਸਾਰੇ ਪਾਸੇ ਠੀਕ ਪੈਂਦੀ ਢੇਰ ਸਾਰੀਆਂ ਵੱਲਾਂ, ਇਹਦਾ ਵੱਲਾਂ ਦਾ ਇਲਾਜ ਵੀ ਦੋਸਤ ਦੱਸੋ ਜੀ ਉਹਨਾਂ ਨੂੰ ਪਤਾ ਹੈ ਬਈ ਨਾਲ ਕੀ ਕਰੋ, ਸਪਰੇਅ ਤੋਂ ਇਲਾਵਾ ਨਾ ਕੋਈ ਵੀ ਇਲਾਜ ਦੱਸਿਆ ਜਿਹੜਾ ਸੌਖਾ ਹੋਵੇ। ਉਸ ਤੋਂ ਬਾਅਦ ਸਾਡਾ ਇਹ ਜਿਗਰ ਵਧਾ ਹੈ ਸਾਹਮਣੇ ਦੇਖ ਲਓ, ਛੋਟਾ ਯਕੀਨ ਕਰ ਲਓ ਇਸ ਗਰਮੀ ਦੇ ਵਿੱਚ ਨਾ ਆਪਣੇ ਆਪ ਨੂੰ ਨਾ ਕੁੱਠੀ ਖੜਾ ਹੈ, ਆਪਣੇ ਆਪ ਨੂੰ ਮਾਰੇ ਹੋਇਆ ਸੀ ਤੇ ਉਹ ਲੁਕਾ ਬੈਠਾ ਵਿੱਚ ਪੂਰਾ ਨਹੀਂ ਮੇਰੀ ਕਹਿੰਦਾ ਵੱਲ ਜਿਹੜਾ ਨਾ ਇਹ ਮਾਇੰਡ ਕਰ ਪੈਂਦਾ ਇਹਦਾ ਮੇਰੀ ਵੀਡੀਓ ਜਿਹੜਾ ਨਾ ਅਦਾ ਵੀਡੀਓ ਬੰਦ ਕਰ ਮੇਰੀ ਇਵੇਂ। ਚੱਲ ਹੁਣ ਇਹ ਤੁਹਾਨੂੰ ਬੈਕ ਸਾਈਡ ਦਾ ਵਿਊ ਦਊਂ ਦੋਸਤਾਂ ਨੂੰ, ਬੜਾ ਅਰਸਾ ਹੋ ਗਿਆ ਨਹੀਂ ਸਿਰ ਦਿੱਤਾ। ਅੱਜ ਮੈਂ ਖਰੀ ਖਾਊਂ ਚੌਧਰੀ ਸਾਹਿਬ, ਅੱਜ ਤਾਂ ਲਸ਼ਕ ਦੇ ਖੜੇ ਵੇ ਕਹਿ ਰਹੇ ਕਿ ਸ਼ਖਾ ਤੇ ਆਏ ਪਿਛਾ, ਖਾਣ ਪੀਣ ਦਾ ਨਾਂ ਨਾ ਗਿਣੇ ਪਿਆ ਨੇ ਤਾਂ ਚੰਡਾ ਲਗਸ ਨਹੀਂ ਇੱਥੇ। ਹਾਂ ਬੁਖਾਰ ਬੰਦੇ ਵੈਸੇ ਕਿ ਹੈ ਕੋਈ ਖਾਂਦੇ ਤੈਨੂੰ ਨਾਲੇ, ਸਾਡੇ ਕੋਲ ਅੱਜ ਕੋਈ ਪੈਸੇ ਸ਼ੈਸੇ ਕੋਣ ਜਿਹੜੇ ਤੈਨੂੰ ਬੋਤਲ ਪੀ ਲੈ ਸੋ ਤੂੰ ਆਖਿਆ ਮੈਂ ਆਇਆ ਮੇਰੀ। ਚਲੋ ਚੌਧਰੀ ਸਾਹਿਬ ਨਾਲ ਅਸਾਂ ਜਿਹੜਾ ਕੰਮ ਕਰਨਾ ਪਹਿਲੇ ਉਹ ਕਰੇ ਨੇ, ਉਸ ਤੋਂ ਬਾਅਦ ਵੱਲ ਇਹਦੇ ਨਾਲ ਗੱਪ ਸ਼ੱਪ ਲਾਉਣ ਤੋਂ ਬਾਅਦ ਨਾ ਵੱਲ ਕੋਈ ਹੋਈ ਤਾਂ ਤੁਹਾਨੂੰ ਇਹਦੀ ਸੁਣਿਆ ਸੂ, ਨਹੀਂ ਤਾਂ ਵੱਲ ਮਿਲਦੇ ਹਾਂ ਵੱਲ ਅੱਗਾ। ਇੱਕ ਵੀਵਰ ਬੈਡ ਨਿਊਜ਼ ਦੇ ਵਿੱਚ ਸਾਡਾ ਟਰਾ ਫਾਰਮ ਸੜਾ ਖੜਾ ਤੇ ਸੜਾ ਅੱਜ ਦੂਜੀ ਦੀਵਾਰ ਦਾ ਖੜਾ ਤੇ ਆ ਚੌਧਰੀ ਸਾਹਿਬ ਆਓ, ਆਓ ਚੌਧਰੀ ਸਾਹਿਬ ਆਓ, ਚੌਧਰੀ ਸਾਹਿਬ ਦੀ ਖਿਦਮਤ ਵਾਸਤੇ ਅੰਦਰ ਲੈ ਤੇ ਆਏ ਤੇ ਮੋਬਾਈਲ ਚਾਰਜ ਲਾਉਣ ਵਾਸਤੇ ਆਇਆ ਉਹਦੇ ਨੇ ਡੂ ਮੇਰੇ ਭਤਰੀਜੇ ਚੌਧਰੀ, ਤੇ ਹੁਣ ਇਹਨਾਂ ਦੇ ਮੋਬਾਈਲ ਦੇਖ ਲਓ ਉੱਥੇ ਇੱਕ ਮੋਬਾਈਲ ਏ ਪੀਏ ਮਰੀਜ਼ ਆ ਤੇ ਇੱਕ ਏ ਪੀਏ ਤੇ ਇੱਕ ਚਾਰਜ ਚਾਹੀਦਾ ਵੀ ਇਹ ਚਾਰਜ ਕੌਣ ਆਈ ਹੈ, ਚਾਰਜ ਲੈ ਆਓ ਤੇ ਇਹਨਾਂ ਨੂੰ ਚਾਰਜ ਕਰੋ, ਰਾਤੀ ਹੋ ਸਕਦਾ ਲੈਟ ਨਾ, 100 ਰੁਪਈਏ ਲੈ ਤੇ ਆਇਆ ਫੀ ਚਾਰਜ ਦਾ, ਜਿਹੜਾ 100 ਰੁਪਈਆ ਲੈ ਤੇ ਅਸੀਂ ਮੋਬਾਈਲ ਚਾਹਵਾਂ ਡੇ ਸਾਂ, ਨਹੀਂ ਤਾਂ ਵੱਲ ਮੋਬਾਈਲ ਵੇਚ ਛੁੜੇ ਸਵਾਲ ਨਾ ਖਾਇਆ ਪੈ ਆਇਆ। ਚੌਧਰੀ ਸਾਹਿਬ ਨੂੰ ਤੁਸੀਂ ਦੇਣੇ ਪਏ ਇੱਕ ਚੀਜ਼ ਦੋਸਤੋ, ਦਿਖਾਓ ਕਿ ਛਾ ਦੇਣੇ ਪਏ ਚੌਧਰੀ ਸਾਹਿਬ ਸਪੈਸ਼ਲੀ ਆਇਆ ਕਿਸ ਵਾਸਤੇ, ਨਹੀਂ ਤਾਂ ਨਹਾਈ ਜਾਂਦਾ ਇਹ ਅੰਧਾਰਾ। ਚੌਧਰੀ ਸਾਹਿਬ ਲਾਓ, ਇਹ ਬੜੀਆਂ ਲੁਕਾ ਤੇ ਰੱਖੀਆਂ ਹੋਈਆਂ ਹਨ, ਉੱਤੇ ਪੜ ਲੈਂਦੇ ਦੇਵੇ। ਚਲੋ ਚੋ ਵੱਲ ਤੁਹਾਨੂੰ ਬਹਿਰ ਦਿਖਿਆ ਨਾ ਦੋਸਤਾਂ ਨੂੰ ਸਾਈ ਵੀਵਰ, ਚੌਧਰੀ ਸਾਹਿਬ ਤੇ ਮੈਂ ਨਿਕਲ ਆਇਆ ਬਹਿਰ ਤੇ ਗਰਮੀ ਬੜੀ ਹੈ, ਜਿਹੜੀ ਸ਼ਾਇਦ ਚਾਹ ਤਾਂ ਨਿਕਲਿਆ ਉਹ ਦੋਸਤਾਂ ਨੂੰ ਦਿਖਾਊਂ, ਤੁਹਾਨੂੰ ਕਹਿਣ ਨੂੰ ਚਾਹੀਦੀ ਹੋਵੇ ਤਾਂ ਉਹ ਸਾਨੂੰ ਮੰਗ ਸਕਦਾ ਕਮੈਂਟ 'ਚ, ਨਾਮ ਪੜ੍ਹਨੇ ਮੈਨੂੰ ਨਹੀਂ ਆਉਂਦੇ, ਪੜ੍ਹ ਕੇ ਸੁਣਾ ਆਏ ਚੌਧਰੀ ਸਾਹਿਬ ਬਾਈ ਨਦੀਮ, ਬਾਈ ਨਦੀਮ ਹੈਂ, ਇਹ ਬਾਈ ਬਿਲਾਲ, ਬਾਈ ਬਿਲਾਲ ਹੈਂ, ਇਹ ਇਹ ਅੱਛਾ ਇੱਥੇ ਆ ਜਾਣੇ ਅੰਕਰ ਰਜ਼ਾਕ, ਮਾਮੂ ਅਜਮਲ, ਅੰਬਾਂ ਦੀਆਂ ਪੇਟੀਆਂ ਤਿਆਰ ਹੋ ਗਈਆਂ, ਇਹਨੂੰ ਫੋਨ ਕੀਤਾ ਇਸ ਲੈ ਪੈਣੀ ਚਾਰ ਇੱਕੇ ਪਾਸੇ ਦੇਰ, ਉੱਤੇ ਵੱਲ ਲਿਖੋ ਹੋਇਆ ਇੱਕ ਕਾਲਾ ਚੌਂਸਾ ਇੱਕ ਸਫੈਦ ਚੌਂਸਾ ਲਿਖੋ ਹੋਇਆ, ਉੱਤੇ ਪੜ੍ਹ ਕੇ ਸੁਣਾ ਲਿਖੋ ਹੋਇਆ, ਇੱਕ ਇੱਕ ਕਾਲੇ ਚੌਂਸੇ ਦੀ ਇੱਕ ਇੱਕ ਸਫੈਦ ਚੌਂਸੇ ਦੀ, ਠੀਕ ਹੈ। ਉਹ ਇਸ ਵਜ੍ਹਾ ਕਰਕੇ ਨਾ ਦੋ ਦਿੱਤੀਆਂ ਨੇ, ਅਲੱਗ ਅਲੱਗ ਫਲੇਵਰ ਕੀਤਾ ਇਹਨਾਂ ਨੂੰ, ਮੈਂ ਕਿਹਾ ਉੱਥੇ ਫਿਰ ਇਹ ਲੜਨਾ ਪਵੇ ਨੇ ਇੱਕ ਬੈ ਨਾਲ,
ਤੇ ਅਗਰ ਮੈਂ ਇਹਨਾਂ ਨੂੰ ਲਿਖਦਾ ਨਾ ਤੇ ਫਿਰ ਇਹ ਰਲ ਜਾਣੀ ਸੀ ਦੋ, ਪਤਾ ਨਹੀਂ ਇੱਕੇ ਸਾਈਡ ਦੀ ਉਦੇ ਚਲੀ ਜਾਣੀ ਸੀ, ਦੋ ਉਦੇ ਚਲੀ ਜਾਣੀ ਸੀ, ਇੰਜ ਲੈਦਾ ਲੈਦਾ ਆਉਣੀ ਨੇ ਤੇ ਫਿਰ ਮਜ਼ਾ ਆਉਣਾ। ਤੇ ਇਹ ਇਹਨਾਂ ਨੂੰ ਦੇਣ ਲੱਗਿਆਂ ਤੇ ਮੋਟਰਸਾਈਕਲ ਕਿੱਥੇ ਕਰ ਗਿਆ, ਮੋਟਰਸਾਈਕਲ ਲੈ ਕੇ ਆ ਤੇਰੀਆਂ ਪੇਟੀਆਂ ਰੱਖਵਾਵਾਂ ਤੇ ਬਾਕੀ ਮੈਂ ਪੁਚਾਵਾਂ, ਕਿਉਂਕਿ ਨਾ ਮੈਂ ਵੀ ਬੜੇ ਕੰਮ ਕਰਨੇ ਨੇ ਦੋਸਤ। ਚੌਧਰੀ ਸਾਹਿਬ ਦੀ ਜਾਣੀ ਦੇਖੋ ਤੇ ਆਣੀ ਦੇਖੋ ਫਿਰ ਹੁਣ। ਇਹ ਮਾਸ਼ਾਅੱਲਾ ਨਾਲ ਸਹੀ, ਇਹ ਅੰਬ ਵੀ ਦਿਖਾ ਦੇਵਾਂ, ਮੇਰੇ ਖਿਆਲ ਕੁਝ ਪੱਕੇ ਹੋਏ ਪੈਣ ਵਿੱਚ ਉਸਤਾਦ ਜੀ, VIP ਅੰਬ ਨਹੀਂ ਹੈ, ਇਹ ਨਹੀਂ ਬਈ ਦਗੁੜ ਮਗੁੜ ਨਹੀਂ, ਇਹ ਆਏ ਹਾਏ 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 ਉਸਤਾਦ ਜੀ, ਇਹ ਲਸ਼ਕਦੀ ਪਈ ਅੰਬਲੀ ਦੂ ਹੈ। ਚਲੋ ਅੱਲਾ ਨਸੀਬ ਕਰਨੇ ਸਾਈ, ਕਿ ਉਹ ਸਾਹਿਬ ਖੁਰਦੀ ਨਾਲ ਲਾਰੀ ਕੇ ਆ ਗਈ ਮੋਟਰਸਾਈਕਲ ਤੇ, ਇਵੇਂ ਮੋੜ ਕੇ ਖੜਾ ਵਿੱਚ ਪਾ ਲੈਨੇ ਆ, ਇਵੇਂ ਲਈ ਆ ਲਈ ਆ ਲਈ ਆ ਲਈ ਗੱਡੀ ਨੂੰ, ਬਵਾਈਆ ਬਵਾਈਆ ਗੱਡੀ ਨੂੰ। ਚੋ ਸਾਹਿਬ ਬੋਤਲ ਪੀਤੀ ਕੋ ਨਹੀਂ, ਚੋ ਸਾਹਿਬ ਆਦਾ ਮੈਨੂੰ ਅੱਗੇ ਗੱਲਾਂ ਖਰਾਬ ਹੈ ਤੇ ਜ਼ੁਕਾਮ ਲੱਗਾ ਹੋਇਆ, ਤੇ ਚੋ ਸਾਹਿਬ ਦੀ ਖੁਰਦੀ ਨਾ ਦੇਖ ਲਓ, ਚੋ ਸਾਹਿਬ ਦੁਕਾਨ ਵੀ ਤਾਰੀ ਵੀ ਕਰਦਾ ਨਾ, ਤੇ ਫਿਰ ਇਹ ਆਦਾ ਚਲੋ ਬੰਦੋਬਸਤ ਪੱਕਾ ਹੋਣਾ ਸੀ। ਮੈਂ ਤੇਰੀ ਖੁਰਦੀ ਨਾ ਫੜਾਂ ਜਾਂ ਪੇਟੀਆਂ ਫਿਰ ਰੱਖਾਂ? ਚਲੋ ਫਿਰ ਇਹ ਚੱਕ ਚੁੱਕ ਚੁੱਕ ਲਿਆ ਹੁਣ ਪੇਟੀਆਂ, ਫਿਰ ਬੁੱਲ ਕੇ ਨਾ ਚੁੱਕ ਲਈ। ਚੋ ਸਾਹਿਬ ਨੂੰ ਖੁਰਦੀ ਨੇ ਪਾ ਕੇ ਦੇਣ ਲੱਗਿਆ ਸਾਈ, ਬਿਸਮਿਲ੍ਲਾ, ਐਵੇਂ ਐਵੇਂ ਐ ਦੇਖੇ ਐਵੇਂ ਸਿੱਧੀ ਖੜੀ ਕਰ ਦੇ, ਹੈਂ ਆ ਜਾਣੀ ਚੌਧਰੀ, ਕੁਛ ਵੀ ਨਹੀਂ ਹੋਣਾ ਤੇਰੀ ਅੰਬਿਆਂ ਦੀ ਪੇਟੀ ਨੂੰ, ਕਿਉਂ ਤਰੁੱਟ ਜਾਣੀ? ਹਾਂ ਆ ਐਵੇਂ ਇਹਨ ਸੌਖੀਆਂ ਵੜਨਗੀਆਂ ਵੀ ਤੇ ਨਿਕਲਣਗੀਆਂ ਵੀ, ਇਹ ਆਹੋ ਐ ਹੁਣ ਇਹਦੇ ਨਾਲ ਹੀ ਬਈ ਰੱਖ ਦੇ ਉਸਤਾਦ ਜੀ, ਜਿਹੜਾ ਕੰਮ ਤੂੰ ਕਰ ਗਿਆ ਨਾ ਬੜਾ ਸਪੈਸ਼ਲ ਕੰਮ ਕਰ ਗਿਆ, ਯਕੀਨ ਕਰ ਲੈ ਐਵੇਂ ਕਰ ਲੈ ਜੋ ਉਵੇਂ ਕਰ ਲੈ ਤੇ ਚਲੀ ਜਾਣੀ ਹੈ, ਇਹਦਾ ਕੁਛ ਵੀ ਨਹੀਂ ਹੋਣਾ ਤੈਨੂੰ, ਕੁਛ ਵੀ ਹਾਸਿਲ ਨਹੀਂ ਹੋਣਾ ਤੈਨੂੰ, ਮੇਰੀ ਤਾਂ ਜਿਹੜੀ ਨਹੀਂ ਅਸੀਂ ਨਾ ਇਹਦੇ ਉੱਤੇ ਹੀ ਰੱਖ ਦਿੰਦਾ। ਚਲੋ ਆਪੇ ਫਿਰ ਉੱਥੇ ਕੱਢ ਲਈ, ਇਹ ਇੰਝ ਆਉਣ ਲੱਗੀ ਹੈ ਨਾ, ਹੁਣ ਕੀ ਕਰੂੰ ਆਪੇ ਮੁੰਡਾ, ਉਹ ਪਹਿਲ ਪਾ ਲੈਣਾ ਉੱਥੇ ਇੱਕ ਉਸ ਪਾਸ, ਹਾਂ ਨਹੀਂ ਜਾਂਦੀ ਪੁੱਤਰ, ਕਿੱਧਰ ਜਾਣੀ ਹੈ ਇਸ ਚੌਧਰੀ ਸਾਹਿਬ, ਕਿੱਥੇ ਜਾਣੀ ਹੈ, ਆ ਜਾ ਤੇ ਐਵੇਂ ਨਾ ਕਿਲੇ ਕਾਵੇ ਉਰੇ, ਵੀਵਰ ਵਿੱਚ ਮੰਗਾ ਲਈਏ ਫਿਰ, ਵੀਵਰ ਚੌਧ ਸਾਹਿਬ ਦਾ ਮਾਲ ਲੜੀ ਗਿਆ ਅਲਹਮਦੁਲਿਲਾ, ਲੂ ਲੂ ਪੇਟੀਆਂ ਲੜੀਆਂ ਤੇ ਬੜੀਆਂ ਔਖੀਆਂ ਮਵਾਈ ਖਾਣੇ, ਲੂ ਉੱਡੇ ਤੇ ਲੂ ਉੱਡੇ, ਚੌਧ ਸਾਹਿਬ ਨੂੰ ਮੋਟਰਸਾਈਕਲ ਤੇ ਬੁਲਾ ਦਿੱਤਾ, ਮੈਂ ਕਿਹਾ ਐਂਡ ਵਾਲੀ ਜਾਤੂ ਦੀ ਜੱਫੀ ਪਾਊਂ ਤੇ ਚੌਧ ਸਾਹਿਬ ਨੂੰ ਵੇਚ ਛੋੜੂ ਨਾਲ, ਖੈਰ ਚੌਧ ਸਾਹਿਬ ਪਹੁੰਚੋ ਤੇ ਵਾਰ ਫੋਨ ਕਰੋ, ਹੈ ਰਸਤੇ 'ਚ ਵੱਲ ਕਹਿ ਐਨ ਦੇ ਤੇ ਵਜੇ ਵੀ ਵੱਲ ਕਹਿ ਮਸ਼ੂਕ ਨੂੰ ਦਿੱਤੀ ਵਜੇ, ਤੈਨੂੰ ਇਸ਼ਾਰਾ ਕੋਈ ਕਰੇ ਤੂੰ ਆਖੇ ਮੱਲਿਕ ਦੇ ਅੰਬ ਇੱਥੇ ਹੀ ਖੜਾ ਦਿਆਂ, ਇਹ ਮੈਂ ਅੰਕਲ ਨੂੰ ਫੋਨ ਕਰ ਦੇਣਾ ਫਿਰ, ਓਕੇ ਲਾ ਵੇ ਇਡਲੀ ਪੇਟੀ ਤੇਰੀ ਦੇਖਦਾ ਜਾਈ, ਹਾਂ ਨਿਕਲਦੀ ਨਹੀਂ ਹੈਗੀ ਕਿਧਰੇ, ਓਕੇ ਓਕੇ ਬਾਏ ਬਾਏ। ਵੀਵਰ ਟਾਈਮ ਹੋ ਗਿਆ ਸ਼ਾਮ ਦਾ, ਆ ਪਹੁੰਚਿਆ ਕੋਠੇ ਵਾਲੇ ਚੌਕ ਤੇ ਸਹੀ, ਕਾਸ਼ਿਪ ਸਾਹਿਬ ਦੀ ਦੁਕਾਨ ਤੇ, ਕਾਸ਼ਿਪ ਸਾਹਿਬ ਅੰਦਰ ਮਸਰੂਫ ਖੜਾ, ਮੈਂ ਕਿਹਾ ਚਲੋ ਜਾਟੀ ਦੇ ਨਾਲ ਗੱਪ ਸ਼ੱਪ ਵੀ ਲਾਊਂ ਤੇ ਆਪਣੇ ਦੋਸਤਾਂ ਨੂੰ ਵੀ ਦਿਖਾਊਂ, ਢੇਰ ਨੇ ਹੋ ਗਏ ਮੁਲਾਕਾਤ ਕੋਲ ਆਈ ਕੀਤੀ, ਤੇ ਇਹ ਸਾਹਮਣੇ ਦੇਖ ਲਓ ਰਸ਼ ਮਾਛ ਲਗਾ ਵੀ, ਲਸ਼ਕਦਾ ਪਛਕਦਾ ਖੜਾ ਬੰਦਾ, ਲਿਸਾ ਪੈ ਗਿਆ ਅੱਗੇ ਤੂੰ ਦੇਖ ਲਓ, ਇਹ ਸਾਰਾ ਮਿਹਨਤੀ ਬਣ ਗਈ ਹੁਣ, ਇਹ ਸਾਰਾ ਮਿਹਨਤੀ ਬਣ ਗਈ ਆਵੇ, ਹੈਂ ਅੱਛਾ ਬਾਊ ਆਹ ਪਹੁੰਚਾ ਮੈਂ ਹਮਾਮ ਤੇ ਪੋਜੀਸ਼ਨ ਮੇਰੀ ਜਿਹੜਾ ਨਾ ਆਈ ਬਿਲਕੁਲ ਲੁੱਟੇ ਸਾਰੇ ਦੀਆਂ, ਤੁਸੀਂ ਉਨੀ ਵੀ ਥਈ ਵਾਦੀ ਕੰਮ ਸ਼ਾਮੇ 'ਚ ਵਧਾ ਰਹੀ ਹਾਂ ਨਾ, ਸ਼ੇਪ ਸ਼ੂਪ ਬਣਵਾਉਣੀ ਤੇਰੀ ਵਾਲ ਚਾਲ ਸੈੱਟ ਕਰਵਾਉਣੇ, ਸਵੇਰੇ 14 ਅਗਸਤ ਤੇ ਮੈਂ ਕਿਹਾ ਚਲੋ ਕੋਈ ਜ਼ਰੀਏ ਹੱਥ ਛੱਤ ਮਰਾ ਲਓ, ਮੈਂ ਕਿਹਾ ਦੋਸਤਾਂ ਨੂੰ ਦਿਖਾਉਂ, ਵੱਲ ਤੁਹਾਨੂੰ ਬਾਅਦ 'ਚ ਦਿਖਾ ਨਾ ਕਿ ਲੋਕੇਸ਼ਨ ਹੈ, ਭਾਈ ਹਿੰਮਤ ਕਰ ਓਏ ਬਾਈ ਜਾਨ, ਬਿਲਕੁਲ ਰੈਡੀ ਹੋ ਗਏ ਅਸੀਂ, ਤਿਆਰੀ ਸ਼ਿਆਰੀ ਹੋ ਗਈ, ਇੱਥੋਂ ਬਾਈ ਕੋਲ ਨਿਕਲਦੇ ਪਏ,
ਅੱਗਾ ਚੱਲ ਕੇ ਦੋਸਤਾਂ ਨਾਲ ਮਿਲਸੂ ਤੇ ਸਾਰਾ ਕੁਝ ਵੱਲ ਜਿਵੇਂ ਹੋ ਸੀ ਰੂਟੀਨ ਵਾਈਜ਼ ਚੱਲਦਾ ਵਗੈਰਾ ਸੀ। ਟਾਈਮ ਹੋ ਗਿਆ ਢੇਰ ਸਾਰਾ, ਤਕਰੀਬਨ 9:30 ਦਾ ਟਾਈਮ ਹੋ ਗਿਆ। ਇਹ ਕੋਠੇ ਵਾਲੇ ਚੌਕ ਦਾ ਮਾਹੌਲ ਹੈ। ਵੀਵਰ ਮੈਂ ਨਾ ਸੁਬਹਾ ਸੁਬਹਾ ਦਾ ਟਾਈਮ ਹੈ, ਨਾਸ਼ਤਾ ਲਾਉਣ ਵਾਸਤੇ ਪਹੁੰਚਿਆ 18:00 ਆਪਣੀ ਤੇ ਫੇਮਸ ਨਾਸ਼ਤੇ ਵਾਲੇ ਕੋਲੋਂ। ਅੱਜ 14 ਅਗਸਤ ਦੀ ਜੀ ਵਾਰ ਵੀ ਹੈ ਤੇ 14 ਅਗਸਤ ਜਿਹੜਾ ਨਾ ਦੋਸਤਾਂ ਨਾਲ ਵੱਲ ਸ਼ੇਅਰ ਵੀ ਕਰਿਆ ਸੋ ਜਿਵੇਂ ਮਿਲਸੂ ਤੇ ਮੁਬਾਰਕ ਵੀ ਦੇ ਸੂ ਇਨਸ਼ਾਅੱਲਾ। ਰਸ਼ ਲੱਗਾ ਪਈ ਸੋ, ਉੱਥੋਂ ਜਿਹੜਾ ਨਾ ਨਾਸ਼ਤਾ ਪਾਣੀ ਲੈਣਾ ਪਹਿਲੇ। ਬਸ ਬਾਈ ਅੱਜ ਦੁਬਈ ਲੱਗਾ ਪਈ ਤੈਨੂੰ ਇਵੇਂ। ਬਸ ਬਾਈ ਬਸ ਬਾਈ ਦੇਵੋ ਯਾਰ ਲੱਪ ਨਹੀਂ ਆਂਦੀ ਇਹ ਤੁਸੀਂ ਬੇਈਮਾਨੀ ਨਾਲ ਦੇ ਦੇਵੇ ਨਾ ਅੱਗਾ ਪਿੱਛੇ ਗੋਲ ਤੇ, ਇਹ ਹੋ ਸਕਦਾ ਬਈ ਨਾ ਆਵੇ ਛੜੇ ਤਰੀ ਦੇ ਛੜੇ ਚੋਰ ਕਰ ਰਹੀ ਹੈ ਯਾਰ ਕੁਸਾ ਕਰ ਰਹੀ ਹੈ। ਬਸ ਬਈ 100 ਦੇ ਦੇ ਚ ਬਲ ਤੂੰ ਘੰਟਾ ਖੜਾ ਹੀ ਰੱਖ ਸੈ ਤੇ 150 ਦੇ ਤੇ 3 ਨੌਕਰੀ ਕਰਨੇ ਭਾਈ ਮੈਂ ਅੱਜ ਤਾਂ ਹਿੰਮਤ ਮਾਰ ਯਾਰ ਮੈਂ ਤਾਂ 18 ਲੈਣ ਡਿੱਠੀਆਂ ਵਾਂ ਵਧਣ ਮਲੇ ਜੀ ਕਿਆ ਹਾਲ ਹੈ ਨਾ ਸੁਬਹਾ 7:30 ਦਾ ਟਾਈਮ ਹੋ ਗਿਆ ਸਹੀ 7:30 ਦਾ ਟਾਈਮ ਹੋਣ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਨਾ ਨਾਸ਼ਤਾ ਵਗੈਰਾ ਲੈ ਕੇ ਤੇ ਵੱਲ ਜਿਹੜਾ ਨਾ ਵੈਸੋਂ ਘਰ ਉਹ ਵਾਂ ਕਰੇ ਸੂ ਵਾਰ। ਅਸਾਂ ਕੱਲ੍ਹ ਆਪਣਾ ਵਲੌਗ ਮੁਕੰਮਲ ਕਰ ਨਹੀਂ ਸਕੇ, ਅੱਜ 14 ਅਗਸਤ ਆਜ਼ਾਦੀ ਦੀ ਜੀ ਵਾਰ ਵੀ ਹੈ, ਸਾਡੇ ਪਾਕਿਸਤਾਨ ਆਜ਼ਾਦ ਹੋਇਆ ਹੈ ਅਤੇ ਸਾਨੂੰ ਬੜੀ ਖੁਸ਼ੀ ਹੈ, ਸਾਰੇ ਦੋਸਤਾਂ ਨੂੰ ਆਜ਼ਾਦੀ ਮੁਬਾਰਕ ਹੋਵੇ ਅਤੇ ਅੱਜ ਅਸਾਂ ਆਪਣਾ ਵਲੌਗ ਮੁਕੰਮਲ ਕਰਨੇ ਪਏ ਵੱਲ ਜਿਹੜਾ ਅਸਾਂ ਬਣਿਆ ਸੂ ਦੋਸਤਾਂ ਨੂੰ ਅੱਜ ਆਜ਼ਾਦੀ ਦੀ ਜੀ ਵਾਰ ਦਾ ਉਹ ਵੱਲ ਅਸਾਂ ਕੱਲ੍ਹ ਅਪਲੋਡ ਕਰੇ ਸੂ, ਉਹ ਤੋਂ ਨਾਲ ਸ਼ੇਅਰ ਕਰੇ ਸੂ, ਸਾਡੇ ਚੈਨਲ ਨੂੰ ਲਾਈਕ ਵੀ ਕੀਤਾ ਕਰੋ ਅਤੇ ਸਬਸਕ੍ਰਾਈਬ ਵੀ ਕੀਤਾ ਕਰੋ, ਸਾਡੀ ਸਪੋਰਟ ਕੀਤੀ ਕਰੋ, ਮਿਹਰਬਾਨੀ ਅਸੀਂ ਦੋਸਤਾਂ ਦੀ ਅਤੇ ਲਵ ਯੂ ਹੋ ਗਈ ਸਾਰੇ ਆਲ ਫਰੈਂਡ ਆਲ ਵਰਲਡ ਜਿਤਨਾ ਵੀ ਮੈਨੂੰ ਦੇਤਾ ਅਤੇ ਆਜ਼ਾਦੀ ਮੁਬਾਰਕ ਹੋਵੇ ਸਾਰਿਆਂ ਨੂੰ। ਇਹ ਹੈ ਇੱਥੋਂ ਦਾ ਮੌਸਮ।